ਪੁਰਾਣਾ ਕੱਟ ਕੇ ਨਵਾਂ ਫਿਲਟਰ ਲਾ ਦਾਂਗੇ ਜੀ, 4000 ਰੁਪਏ ਲਵਾਂਗੇ ਜੀ, 18 ਮਹੀਨਿਆਂ ਦੀ ਗਰੰਟੀ ਹੋਊ ਜੀ ਸਾਡੀ। ਅੱਛਾ ਜੀ, ਫਿੱਟ ਕਰਕੇ ਆਵਾਂਗੇ ਜੀ ਘਰੇ ਅਸੀਂ ਕਸਟਮਰ ਦੇ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ, ਅਤੇ ਅੱਜ ਰੂੜੇ ਕੇ ਕਲਾਂ ਦੇ ਵਿੱਚ ਖੜ੍ਹੇ ਹਾਂ। ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਹਾਂ ਉਹ ਫਰਨੀਚਰ ਹਾਊਸ ਦੀ ਅਤੇ ਪਲੱਸ ਇਲੈਕਟ੍ਰਿਕ ਸਮਾਨ ਅਤੇ ਨਾਲ ਦਿਆਂ ਰਿਪੇਅਰ ਵੀ ਹੁੰਦਾ ਗਾ। ਬਾਕੀ ਜੇ ਤੁਹਾਡੇ ਕੋਲ ਕੋਈ ਸਮਾਨ ਪੁਰਾਣਾ ਸਮਾਨ ਆ ਜਿਹੜਾ ਉਹ ਵਿੱਚ ਵੀ ਕੱਟਿਆ ਜਾਂਦਾ, ਇੱਥੇ ਉਹ ਇੱਥੇ ਪੁਰਾਣਾ ਸਮਾਨ ਲੈ ਆਇਓ, ਵਿੱਚ ਕਟਾ ਕੇ ਨਵਾਂ ਲੈ ਜਾਓ। ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਂਦੇ ਹਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਹੈ ਜੀ? ਸ਼ੁਭ ਨਾਮ ਕੀ ਹੈ ਜੀ ਆਪਣਾ? ਗੁਰਚਰਨ ਸਿੰਘ। ਇੱਥੇ ਲੋਕੇਸ਼ਨ ਕਿਹੜੀ ਮੇਨ ਪੈ ਜਾਂਦੀ, ਕੀ ਪੈ ਜਾਂਦੀ ਹੈ ਜੀ? ਇਹ ਬਰਨਾਲਾ ਮਾਨਸਾ ਰੋਡ 'ਤੇ ਆ ਜੀ। ਜੀ ਹਾਂਜੀ, ਅੱਜ ਤਾਂ ਇਹ ਬੋਰਡ ਦਿਖਾ ਦਿਓ ਇੱਕ ਵਾਰ, ਬੋਰਡ ਦੇ ਬਿਲਕੁਲ ਲਾਗੀ ਇਹ ਦੁਕਾਨ ਹੈਗੀ। ਕੀ ਨਾਮ ਆ ਦੁਕਾਨ ਦਾ ਜੀ? ਸਿੱਧੂ ਇਲੈਕਟ੍ਰੋਨਿਕਸ ਐਂਡ ਫਰਨੀਚਰ ਹਾਊਸ ਹੈ ਜੀ। ਜੀ, ਅਤੇ ਕੀ ਮਿਲਦਾ ਆਪਣੇ ਕੋਲ ਇੱਥੇ? ਆਪਣੇ ਕੋਲ ਜੀ ਫਰਨੀਚਰ ਦਾ ਸਾਰਾ ਸਮਾਨ ਮਿਲਦਾ ਜੀ। ਜੀ, ਅਤੇ ਏਸੀ ਕੂਲਰ ਫਰਿੱਜ ਵਗੈਰਾ ਮਿਲਦਾ ਜੀ, ਸੀਸੀਟੀ ਕੈਮਰੇ ਜੀ, ਜੀ ਪੱਖੇ ਵੀ ਮਿਲਦੇ ਆ ਜੀ, ਅਤੇ ਬੈਟਰੀ ਇਨਵਰਟਰ ਵੀ ਮਿਲਦਾ ਜੀ, ਵਾਸ਼ਿੰਗ ਮਸ਼ੀਨ ਵਗੈਰਾ ਜੀ, ਸਾਰਾ ਸਮਾਨ ਮਿਲਦੇ ਨੇ। ਆਪਾਂ ਹੁਣ ਫਰਨੀਚਰ ਤੋਂ ਸ਼ੁਰੂਆਤ ਕਰੀਏ ਫਿਰ। ਜੀ, ਦੱਸੋ ਜੀ ਰੇਟ ਵਗੈਰਾ ਕੀ ਨੇ? ਇਹ 3000 ਰੁਪਏ ਦਾ ਪ੍ਰੈਸ ਟੇਬਲ ਆ ਜੀ। ਆਹ ਟੇਬਲ ਜੀ? ਹਾਂਜੀ ਹਾਂਜੀ ਹਾਂਜੀ। ਇਹ 3000 ਦਾ ਸਰ? ਇਹ 4000 ਰੁਪਏ ਦਾ। ਹਾਂਜੀ, ਆਹ 4000। ਹਾਂਜੀ ਹਾਂਜੀ, ਠੀਕ ਹੈ ਜੀ। ਇਹ ਕੀ ਸਾਈਜ਼ ਦੇ ਵਿੱਚ ਹੈ ਜੀ? ਇਹ 2.5-4 ਦਾ ਜੀ। 2.5-4? ਹਾਂਜੀ ਹਾਂਜੀ, ਠੀਕ ਹੈ ਜੀ। ਲੈ ਵੀ ਟੇਬਲ। ਅੱਛਾ ਜੀ, 6.5-4 ਆ ਗਈ ਜੀ। ਹਾਂਜੀ, ਇਹ 7.4 ਆ ਗਈ ਜੀ। ਹਾਂਜੀ, ਇਹ 7.5 ਆ ਗਈ ਜੀ। ਕੀ ਰੇਟ ਹੋਊਗਾ ਜੀ ਇਹਨਾਂ ਦਾ? ਇਹ ਵੀ 12.5 ਹਜ਼ਾਰ ਰੁਪਏ ਦੇ। 7.5 ਦੀ? 7.5 ਦੀ, 12.5 ਹਜ਼ਾਰ ਦੀ। ਸ਼ਹਿਰ 'ਚ 13000 ਰੁਪਏ ਦੀ ਮਿਲਦੀ ਆ ਜੀ, 12.5 ਹਜ਼ਾਰ ਰੁਪਏ ਦੀ। 12.5 ਹਜ਼ਾਰ? ਹਾਂਜੀ ਹਾਂਜੀ ਬਾਈ, ਆਹ ਵੀ ਬਹੁਤ ਵਧੀਆ ਡਿਜ਼ਾਇਨ ਨੇ, ਆਹ ਵੀ ਦੇਖੋ ਜੀ। ਆਹ ਦਿਖਾਓ ਵੀ ਡਿਜ਼ਾਇਨ, ਅਤੇ ਨਾਲ ਦੀਆਂ ਰੇਟ ਦੱਸੀ ਚਲੋ ਜੀ ਇੱਕ। ਇੱਕ ਇਹਦੇ ਵਿੱਚ ਮਟੀਰੀਅਲ ਦੱਸੋ ਜੀ, ਮਤਲਬ ਮਟੀਰੀਅਲ ਕਿੱਦਾਂ ਦਾ ਹੁੰਦਾ ਤੁਹਾਡਾ? ਵਧੀਆ ਮਟੀਰੀਅਲ ਲੱਗਿਆ ਹੋਇਆ ਜੀ, 1 ਸਾਲ ਦੀ ਗਰੰਟੀ ਆ ਜੀ ਫੁੱਲ ਸਾਡੀ। 1 ਸਾਲ ਦੀ? ਹਾਂਜੀ ਹਾਂਜੀ, ਠੀਕ ਹੈ। ਲੋਕ ਲੋਕ ਵਗੈਰਾ ਵਧੀਆ ਲੱਗਿਆ, ਵਾਸ਼ਿੰਗ ਮਸ਼ੀਨ ਆ ਜੀ ਸਾਡੇ ਕੋਲ ਐਲ ਜੀ ਦੀ ਆ ਜੀ। ਜੀ, ਅਸੀਂ ਵਧੀਆ ਕੰਪਨੀ ਦਾ ਵੇਚਦੇ ਜੀ ਸਾਰਾ ਸਮਾਨ। ਇਹ ਕਿੰਨੇ ਉਹਦੇ ਕਿਲੋ ਵਾਲੀ ਆ ਗਈ ਜੀ? 8 ਕਿਲੋ ਵਾਲੀ? ਇਹ 8 ਕਿਲੋ ਆ ਗਈ ਜੀ, 7 ਕਿਲੋ ਆ ਗਈ ਜੀ। ਹਾਂ, 7.5 ਕਿਲੋ ਆ ਗਈ ਜੀ। ਸਾਰੀਆਂ ਨੇ ਜੀ, 7 ਕਿਲੋ ਤੋਂ ਸਟਾਰਟ ਹੋ ਗਏ, 10 ਕਿਲੋ ਤੱਕ ਪਈਆਂ ਨੇ ਜੀ ਆਪਣੇ ਕੋਲ। ਕੀ ਰੇਟ ਰਹੂਗਾ ਇਹਨਾਂ ਦਾ? ਰੇਟ ਨੇ ਸਾਰਿਆਂ ਦੇ ਵੱਖਰੇ ਵੱਖਰੇ ਨੇ ਜੀ। ਅੱਛਾ ਜੀ, ਹਾਂਜੀ ਹਾਂਜੀ। ਅਤੇ ਜਿਵੇਂ ਪੁਰਾਣਾ ਸਮਾਨ ਹੈ ਕੋਈ, ਜਿਵੇਂ ਵਾਸ਼ਿੰਗ ਮਸ਼ੀਨ ਹੀ ਲਾ ਲਓ, ਜਾਂ ਕੋਈ ਆਪਣੇ ਕੋਲ ਬੈੱਡ ਆ ਗਿਆ, ਜਾਂ ਅਲਮਾਰੀ, ਕੋਈ ਇੱਦਾਂ ਦਾ ਸਮਾਨ? ਹਾਂਜੀ, ਪੁਰਾਣਾ ਸਾਰਾ ਅਸੀਂ ਵਿੱਚ ਕੱਟ ਲੈਂਦੇ ਹਾਂ ਜੀ। ਕੋਈ ਵੀ ਆ ਜੀ, ਕੋਈ ਵੀ, ਜੇ ਕੋਈ ਬੈੱਡ ਵੱਟੇ, ਬੈੱਡ ਕਟਾਉਣਾ, ਵਾਸ਼ਿੰਗ ਮਸ਼ੀਨ ਵੱਟੇ, ਫਰਿੱਜ ਵੱਟੇ, ਫਰਿੱਜ ਕੂਲਰ ਵੱਟੇ ਕੂਲਰ, ਸਾਡੇ ਰੇਟ ਵੀ ਬਹੁਤ ਜਾਇਜ਼ ਨੇ ਜੀ ਰੱਖੇ ਹੋਏ, ਨਜਾਇਜ਼ ਨਹੀਂ ਹੈਗੇ ਜੀ। ਕਈ ਰੇਟ ਪੈਸੇ ਮੰਗ ਲੈਂਦੇ ਜੀ ਜ਼ਿਆਦਾ, ਅਸੀਂ ਬਹੁਤ ਹਿਸਾਬ ਨਾਲ ਉਹ ਰੱਖਦੇ ਜੀ। ਠੀਕ ਹੈ, ਠੀਕ ਹੈ। ਵਧੀਆ ਕੰਪਨੀ ਦੇ ਕੂਲਰ ਨੇ ਸਾਡੇ ਕੋਲ, ਕ੍ਰਿਪਸ ਦੇ ਜੀ। ਅੱਛਾ, ਲੈ ਵੀ ਕੂਲਰ ਵੀ ਦਿਖਾ ਦੇ। ਇਹਦਾ ਪੇਂਟ ਪੂੰਟ ਨਹੀਂ ਖਰਾਬ ਹੁੰਦਾ ਜੀ? ਜੀ, ਨਹੀਂ, ਆਹ ਸਾਡੇ ਜਿਹੜੇ ਪੱਲੇ ਨੇ ਸਾਰੇ ਇਹਦੇ ਫਾਈਬਰ ਦੇ ਲੱਗੇ ਹੋਏ ਆ ਜੀ, ਅਤੇ ਇਹ ਛੇਤੀ ਖਰਾਬ ਨਹੀਂ ਹੁੰਦੇ ਜੀ। ਠੀਕ ਹੈ, ਵਧੀਆ ਕੁਆਲਿਟੀ ਦੀ ਰੱਖਦੇ ਹੋ? ਪੂਰੇ ਵਧੀਆ ਕੰਪਨੀ ਦੇ ਨੇ ਜੀ ਸਾਡੇ ਕੋਲ। ਠੀਕ ਹੈ, ਕੀ ਰੇਟ ਰਹੂਗਾ ਇਹਨਾਂ ਦਾ ਜੀ ਕੂਲਰ? ਰੇਟ ਇਹ ਵੱਖਰੇ ਵੱਖਰੇ ਜੀ, ਸਾਡੇ ਕੋਲ ਇਹ 8000 ਤੋਂ ਸ਼ੁਰੂ ਹੋ ਜਾਂਦੇ ਜੀ। 8000 ਤੋਂ ਸ਼ੁਰੂ ਹੋ ਕੇ ਕਿੱਥੇ ਤੱਕ ਪਏ ਜੀ? 14-15 ਹਜ਼ਾਰ ਰੁਪਏ ਤੱਕ ਪਏ। 14-15 ਹਜ਼ਾਰ ਰੁਪਏ ਤੱਕ? ਠੀਕ ਹੈ ਜੀ। ਲਓ ਜੀ, ਇੱਧਰ ਹੋਰ ਦਿਖਾ ਦਈਏ ਆਪਾਂ। ਹਾਂ, ਇਹਦਾ ਕੀ ਰੇਟ ਰਹੂਗਾ ਜੀ? ਇਹ ਐਲ ਈ ਡੀ ਸਟੈਂਡ ਆ ਗਿਆ ਜੀ। ਹਾਂਜੀ, ਇਹ ਹੈਗਾ ਜੀ 5500 ਰੁਪਏ ਦਾ ਜੀ। 5500? ਹਾਂਜੀ ਹਾਂਜੀ, ਬੇ ਸ਼ਹਿਰ 'ਚ 7-7 ਹਜ਼ਾਰ ਰੁਪਏ ਮੰਗਦੇ ਜੀ। ਠੀਕ ਹੈ ਜੀ। ਹਾਂਜੀ ਹਾਂਜੀ, ਅਤੇ ਅੱਗੇ ਬੈੱਡ? ਹਾਂ ਜੀ, ਇਹ ਬੈੱਡ ਸਾਰੇ ਵੱਖਰੇ ਵੱਖਰੇ ਨੇ ਜੀ, 11 ਹਜ਼ਾਰ ਤੋਂ ਸ਼ੁਰੂ ਹੋ ਜਾਂਦਾ ਜੀ ਬੈੱਡ ਸਾਡੇ ਕੋਲ। ਜੀ, 18-20 ਹਜ਼ਾਰ ਰੁਪਏ ਤੱਕ ਪਿਆ ਜੀ। ਬੈੱਡ ਵੀ ਹੈਗਾ, ਸੋਫੇ ਵੀ ਹੈਗਾ ਜੀ। ਠੀਕ ਹੈ ਜੀ। ਪਾਣੀ ਵਾਲੇ ਫਿਲਟਰਾਂ 'ਤੇ ਸਾਡੇ ਕੋਲ ਵਧੀਆ ਸਕੀਮ ਆ ਜੀ। ਆ ਜਾ ਮਾੜਾ ਜਿਹਾ ਬੈੱਡ ਦਿਖਾ ਦਈਏ ਇੱਕ ਵਾਰ, ਫਿਰ ਆਪਾਂ ਫਿਲਟਰ ਵੀ ਦਿਖਾਉਣੇ ਆ ਉੱਥੇ। ਇਹ ਬੈੱਡਾਂ ਦਾ ਥੋੜ੍ਹਾ ਰੇਟ ਦੱਸੋ। ਪੁਰਾਣਾ ਸਮਾਨ ਵੀ ਕੱਟਿਆ ਹੋਇਆ ਜੀ ਸਾਡੇ ਕੋਲ, ਆ ਦਿਖਾ ਦਿਓ। ਹਾਂ, ਇੱਕ ਵਾਰ ਪੁਰਾਣਾ ਸਮਾਨ ਆ ਜਿਹੜਾ ਵਿੱਚ ਕਟਵਾ ਸਕਦੇ। ਹਾਂਜੀ ਹਾਂਜੀ ਹਾਂਜੀ, ਸਾਈਲੈਂਟ ਲਾ ਲਓ ਜੀ ਮਾੜਾ ਜਿਹਾ। ਅਤੇ ਆਹ ਬੈੱਡ ਆ ਗਈ, ਹੈ ਨਾ? ਅਤੇ ਬੈੱਡਾਂ ਦਾ ਕੀ ਰੇਟ ਰਹੂਗਾ ਮਾੜਾ ਜਿਹਾ, ਬੈੱਡਾਂ ਬਾਰੇ ਵੀ ਦੱਸ ਦਿਓ ਜੀ। ਬੈੱਡ ਜੀ 11 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਜੀ।
ਬਾਕੀ ਵੱਖਰੇ ਵੱਖਰੇ ਮਾਡਲ ਨੇ ਉਹ ਜਿਹਾ ਰੇਟ ਹੁੰਦਾ ਜੀ ਹਰ ਇੱਕ ਦਾ। ਇਹਦੀ ਮੈਨੂਫੈਕਚਰ ਤੁਹਾਡੀ ਆਪਣੀ ਹੈ ਕਿ ਕਿੱਦਾਂ ਫਿਰ? ਨਹੀਂ ਅਸੀਂ ਆਪ ਤਿਆਰ ਕਰਵਾਉਣਾ, ਵਧੀਆ ਮਟੀਰੀਅਲ ਲੱਗ ਗਿਆ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਹਾਂਜੀ। ਆਪਣਾ ਆ ਗਿਆ ਟੇਬਲ, ਟੇਬਲ ਆ ਗਿਆ ਜੀ। ਠੀਕ ਹੈ, ਸੋਫੇ ਦਾ ਟੇਬਲ ਆ ਗਿਆ ਜੀ। ਠੀਕ ਹੈ, ਕੋਈ ਉੱਦਾਂ ਦੀ ਵੀ ਸਕੀਮ ਵੀ ਚੱਲ ਰਹੀ ਹੈ ਕੋਈ ਕੰਪਲੀਟ ਆਪਣੇ ਕੋਲ ਸੈੱਟ ਹੀ ਮਿਲ ਜੇ? ਹਾਂਜੀ ਹਾਂਜੀ, ਕੰਪਲੀਟ ਵੀ ਦੇ ਦਿੰਦੇ ਹਾਂ ਜੀ। ਕੰਪਲੀਟ ਵੀ ਕੀ ਰੇਟ ਦੇ ਵਿੱਚ ਪਾ ਰਹੇ ਹੋ ਕੰਪਲੀਟ? ਉਹ ਜਿਹਾ ਜਿਹਾ ਕਸਟਮਰ ਅਲਮਾਰੀ ਸੋਫਾ ਬੈੱਡ ਪਸੰਦ ਕਰਦਾ ਜੀ, ਉਸ ਹਿਸਾਬ ਨਾਲ ਵਧੀਆ ਲੈਸ ਕਰ ਦਿੰਦੇ ਹਾਂ ਜੀ ਅਸੀਂ। ਠੀਕ ਹੈ ਜੀ। ਹਾਂਜੀ ਹਾਂਜੀ। ਅਤੇ ਇਹ ਜਿਹੜਾ ਫਾਈਟਰ ਦੇ ਇੱਕ ਤੁਹਾਡਾ ਔਫਰ ਚੱਲ ਰਿਹਾ, ਉਹਦੇ ਬਾਰੇ ਵੀ ਥੋੜ੍ਹਾ ਜਾਣਕਾਰੀ ਦਿਓ ਵੀ ਕੀ ਔਫਰ ਚੱਲ ਰਿਹਾ ਹੈਗਾ। ਹਾਂਜੀ, ਜਿਹੜਾ ਪਾਣੀ ਵਾਲਾ ਫਿਲਟਰ ਹੈ ਜੀ, ਹਾਂ, ਇਹ 'ਚ 3-4 ਡਿਜ਼ਾਇਨ ਆਉਂਦੇ ਆ ਜੀ, ਉੱਧਰ ਪਏ ਆ ਜੀ ਬੋਡੀਆਂ, ਅਤੇ ਪੁਰਾਣਾ ਕੱਟ ਲੈਂਦੇ ਹਾਂ ਜੀ ਅਸੀਂ। ਅੱਛਾ ਜੀ। ਪੁਰਾਣਾ ਕੱਟ ਕੇ ਨਵਾਂ ਫਿਲਟਰ ਲਾ ਦਾਂਗੇ ਜੀ, 4000 ਰੁਪਇਆ ਲਵਾਂਗੇ ਜੀ, 18 ਮਹੀਨਿਆਂ ਦੀ ਗਰੰਟੀ ਹੋਊ ਜੀ ਸਾਡੀ। ਅੱਛਾ ਜੀ। ਫਿੱਟ ਕਰਕੇ ਆਵਾਂਗੇ ਜੀ ਘਰ ਅਸੀਂ ਕਸਟਮਰ ਦੇ ਜੀ। 4000 ਰੁਪਇਆ ਲੈ ਕੇ ਫਿਰ ਨਾਲੇ ਘਰ? ਹਾਂਜੀ, ਫਿੱਟ ਕਰਕੇ 18 ਮਹੀਨੇ ਦੀ ਗਰੰਟੀ ਹੋਊ ਜੀ। 18 ਮਹੀਨੇ ਦੀ ਗਰੰਟੀ? ਹਾਂਜੀ ਹਾਂਜੀ, ਵਧੀਆ ਅਸੀਂ ਆਪ ਤਿਆਰ ਕਰਦੇ ਹਾਂ ਜੀ। ਅੱਛਾ, ਆਪ ਤਿਆਰ ਕਰਦੇ ਜਿਹੜਾ ਉਹ ਲੱਗ ਗਿਆ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਅਤੇ ਬਾਕੀ ਸਮਾਨ ਮਟੀਰੀਅਲ ਲੱਗ ਗਿਆ? ਹਾਂਜੀ, ਬਿਲਕੁਲ ਕੱਟੇ ਹੀ ਪਿਆ ਹੈ ਨਾ। ਐਲਈਡੀ ਵੀ ਰਿਪੇਅਰ ਕਰਦਾ ਜੀ, ਐਲਈਡੀਆਂ ਨਵੀਆਂ ਵੀ ਹੁੰਦੀਆਂ ਨੇ, ਉਹ ਵੀ ਕੱਟ ਲੈਂਦੇ ਜੀ ਸਾਰਾ ਕੁਝ। ਅੱਛਾ ਜੀ। ਰਿਪੇਅਰ ਕਰ ਦਿੰਦੇ ਹੋ ਐਲਈਡੀਆਂ ਦੀ? ਹੋਰ ਕਾਹਦੀ ਕਾਹਦੀ ਰਿਪੇਅਰ ਹੋ ਜਾਂਦੀ ਹੈ? ਸਾਰਾ ਕੁਝ ਰਿਪੇਅਰ ਕਰ ਦਿੰਦੇ ਜੀ, ਇਲੈਕਟ੍ਰੋਨਿਕ ਸਮਾਨ ਹੈ ਜਿਹੜਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਠੀਕ ਹੈ। ਅਤੇ ਇੱਕ ਵਾਰ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਜੀ। 98150 00 865 ਜੀ। 98150 00 865। ਬਾਕੀ ਕੈਮਰਿਆਂ ਦਾ ਕੰਮ ਆ ਜੀ ਆਪਣਾ, ਬਹੁਤ ਵਧੀਆ। ਅੱਛਾ, ਕੈਮਰੇ ਕਿਹੜੀ ਕੰਪਨੀ ਦੇ ਹੁੰਦੇ ਤੁਹਾਡੇ ਕੋਲ? ਆਪਣੇ ਕੋਲ ਹਿਕ ਵਿਜਨ ਦਾ ਜੀ, IP ਅਤੇ HD ਕੈਮਰਾ ਡਊਆ ਦਾ ਵੀ ਹੁੰਦਾ ਜੀ, ਅਤੇ ਹਿਕ ਵਿਜਨ ਦਾ ਬ੍ਰਾਂਡ ਆ ਜੀ ਵਧੀਆ, ਮਤਲਬ ਕਿ DVR ਅਤੇ NVR ਜਿਹੜਾ ਵੀ ਗਾਹਕ ਦੀ ਪਸੰਦ ਹੈਗੀ, ਸਾਰੇ ਤਰ੍ਹਾਂ ਦੀ ਵਰਾਇਟੀ ਆਪਣੇ ਕੋਲ ਹੁੰਦੀ ਹੈ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਲਓ ਜੀ, ਅਸੀਂ ਆਪ ਮਕੈਨਿਕ ਆ ਜੀ, ਆਪ ਅਸੀਂ ਫਿੱਟ ਕਰਦੇ ਹਾਂ। ਠੀਕ ਹੈ, ਫੁੱਲ ਗਰੰਟੀ ਹੋਊ ਜੀ ਸਾਡੀ 2 ਸਾਲਾਂ ਦੀ। ਠੀਕ ਹੈ ਵੀਰੇ। ਬਾਕੀ ਸਰਵਿਸ ਗਾਹਕ ਦੇ ਘਰ ਦਿੰਦੇ ਹਾਂ ਜੀ। ਠੀਕ ਹੈ ਜੀ। ਹਾਂਜੀ 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 ਹਾਂਜੀ। ਅਤੇ ਲਈ ਵੀ ਵੀਡੀਓ ਸ਼ੇਅਰ ਜ਼ਰੂਰ ਕਰਿਓ, ਅਤੇ ਪੇਜ ਨੂੰ ਕਰ ਲਿਓ ਫੋਲੋ, ਅਤੇ ਯੂਟਿਊਬ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।